ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀਟ ਪ੍ਰੀ ਵੈਡਿੰਗ ਫੋਟੋ ਸ਼ੂਟ ਲਈ ਹੌਟ ਸਪੌਟ ਬਣ ਗਈ ਆ। ਨਵੇਂ ਜੋੜੇ ਜੋ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਨੇ ਇਸ ਇਤਿਹਾਸਿਕ ਥਾਂ 'ਤੇ ਅਕਸਰ ਫੋਟੋ ਸ਼ੂਟ ਕਰਾਉਂਦੇ ਨਜ਼ਰ ਆਉਂਦੇ ਨੇ। ਹਾਲਾਂਕਿ ਚੜ੍ਹਦੇ ਦਿਨ ਇਸ ਥਾਂ 'ਤੇ ਵੱਧਦੀ ਭੀੜ ਨੂੰ ਵੇਖਦੇ ਹੋਏ ਇਹ ਫੋਟੋ ਸ਼ੂਟ ਜ਼ਿਆਦਾਤਰ ਸਵੇਰੇ ਸਵੇਰੇ ਕੀਤੇ ਜਾਂਦੇ ਨੇ। ਉੱਧਰ ਸਵੇਰੇ ਅੰਮ੍ਰਿਤ ਵੇਲੇ ਤੋਂ ਸੰਗਤਾਂ ਵੀ ਨਾਮ ਸਿਮਰਨ ਕਰਦੀਆਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਜਾਂਦੀ ਹੈ। ਇਸੇ ਦੌਰਾਨ ਹੁੰਦੇ ਪ੍ਰੀ ਵੈਡਿੰਗ ਸ਼ੂਟ ਨੂੰ ਲੈ ਕੇ ਸੰਗਤ ਤੇ ਲੋਕਾਂ ਵੱਲੋਂ ਇਤਰਾਜ਼ ਜਤਾਇਆ ਜਾਂਦਾ ਹੈ। ਇਸ ਸਾਰੇ ਮੁੱਦੇ ਦੇ ਉੱਤੇ ਜਦੋਂ SGPC ਮੈਂਬਰ ਗੁਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅਜਿਹੇ ਫੋਟੋ ਸ਼ੂਟ 'ਤੇ ਪੂਰਨ ਪਾਬੰਦੀ ਹੈ। ਪਰ ਹਾਂ, ਜੇਕਰ ਕੋਈ ਹੈਰੀਟੇਜ ਸਟਰੀਟ 'ਤੇ ਫੋਟੋ ਸ਼ੂਟ ਕਰਦਾ ਹੈ ਤਾਂ ਇਸ ਬਾਰੇ ਸਰਕਾਰ ਜਾਂ ਕਾਰਪੋਰੇਸ਼ਨ ਕਾਰਵਾਈ ਕਰਦੀ ਹੈ। ਬਾਕੀ ਅਜਿਹੇ ਫੋਟੋ ਸ਼ੂਟ ਕਰਾਉਣ ਵਾਲੇ ਜੋੜਿਆਂ ਨੂੰ ਵੀ ਚਾਹੀਦਾ ਕਿ ਉਹ ਮਰਿਆਦਾ ਅਤੇ ਸੰਗਤ ਦੀਆਂ ਭਾਵਨਾਵਾਂ ਦਾ ਖਿਆਲ ਰੱਖਣ। ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਫੋਟੋ ਸ਼ੂਟ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ? ਕਮੈਂਟ ਕਰਕੇ ਜ਼ਰੂਰ ਆਪਣੀ ਰਾਏ ਦੱਸਿਓ। ਪਿਛਲੇ 2-3 ਦਿਨਾਂ ਤੋਂ ਜੋ ਅੰਮ੍ਰਿਤਸਰ ਦੇ ਵਿੱਚ ਮੀਡੀਆ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਹੈ ਜਾਂ ਮੈਨੂੰ ਫੋਨ ਆਏ ਨਿੱਜੀ ਤੌਰ 'ਤੇ ਪੱਤਰਕਾਰਾਂ ਦੇ ਕਿ ਜੋ ਦਰਬਾਰ ਸਾਹਿਬ ਨੂੰ ਆਉਣ ਵਾਲਾ ਮੇਨ ਰਸਤਾ ਹੈਰੀਟੇਜ ਸਟਰੀਟ ਹੈ ਵੀ ਉਸ ਦੇ ਉੱਪਰ ਪ੍ਰੀ ਵੈਡਿੰਗ ਜਾਂ ਸ਼ੂਟਿੰਗ 'ਤੇ ਰੋਕ ਲਾਈ ਹੈ। ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰਫ 15 ਪ੍ਰਕਰਮਾਂ ਦੇ ਵਿੱਚ ਗੁਰਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਰੋਕਥਾਮ ਲਾਈ ਹੈਗੀ। ਅੰਦਰ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਵੀਡੀਓ ਕਾਫੀ ਸਮੇਂ ਤੋਂ ਵੀਡੀਓ ਕਲਿੱਪ ਬਣਨੇ ਜਾਂ ਕੋਈ ਰੀਲ ਜਾਂ ਕੁਛ ਵੀ ਬਾਹਰ ਜੋ ਇਹ ਸਟਰੀਟ ਦਾ ਕੰਮ ਹੈ ਇਹ ਸਰਕਾਰੀ ਤੌਰ 'ਤੇ, ਪਰ ਫਿਰ ਵੀ ਇੱਕ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਨਾਤੇ ਸੰਗਤਾਂ ਨੂੰ ਇਹ ਜ਼ਰੂਰ ਅਪੀਲ ਬੇਨਤੀ ਕਰਾਂਗੇ ਕਿ ਇਹ ਇੱਕ ਆਸਥਾ ਦਾ, ਭਾਵਨਾ ਦਾ, ਸਿੱਖ ਕੌਮ ਦਾ ਕੇਂਦਰੀ ਸਥਾਨ ਦਾ ਰਸਤਾ ਗਾ। ਸੋ ਇਸ 'ਤੇ ਪਹਿਲੀ ਗੱਲ ਤਾਂ ਕੋਈ ਇਹੋ ਜਿਹੀ ਸ਼ੂਟਿੰਗ ਵੀਡੀਓ ਨਾ ਬਣੇ ਜਿਸ ਨਾਲ ਗੁਰਮਰਿਆਦਾ ਦੀ ਉਲੰਘਣਾ ਹੁੰਦੀ ਹੋਵੇ, ਕਿਉਂਕਿ ਇੱਥੇ ਜੇ ਕਿਸੇ ਨੇ ਕੋਈ ਚੱਲ ਬਣਾਉਣੀ ਹੈ, ਕੋਈ ਫੋਟੋ ਵੀਡੀਓ ਸ਼ੂਟ ਕਰਦਾ ਹੈ ਹੈਰੀਟੇਜ ਸਟਰੀਟ ਦੇ ਵਿੱਚ, ਸੁੰਦਰ ਬਣਿਆ, ਸੋਹਣਾ ਚੀਜ਼ ਹੈ, ਦੇਖਣੀ ਬਣਦੀ ਹੈ, ਹਰ ਇੱਕ ਨੂੰ ਇਹ ਹੁੰਦਾ ਵੀ ਸਾਡੇ ਸਮਾਗਮ ਦੇ ਵਿੱਚ ਇਸ ਮੇਨ ਸਟਰੀਟ ਦਾ ਅਸੀਂ ਦ੍ਰਿਸ਼ ਵੀਡੀਓ ਲਈਏ, ਤਾਂ ਬੇਨਤੀ ਹੈ ਗੁਰਮਰਿਆਦਾ ਦਾ ਜ਼ਰੂਰ ਖਿਆਲ ਰੱਖਿਆ ਜਾਵੇ, ਖਾਸ ਕਰ ਸਾਡੇ ਪੰਜਾਬ ਦੇ ਸੱਭਿਆਚਾਰ ਦਾ, ਕਲਚਰ ਦਾ, ਅਤੇ ਮੇਨ ਗੱਲ ਕਿ ਗੁਰਮਰਿਆਦਾ ਦੀ, ਕਿਉਂਕਿ ਇੱਥੇ ਜਿੰਨੀ ਸੰਗਤ ਆਉਂਦੀ ਹੈ ਚਾਹੇ ਘਰੋਂ ਚੱਲ ਪੈਂਦੀ ਹੈ, ਸਤਨਾਮ ਸ੍ਰੀ ਵਾਹਿਗੁਰੂ ਦਾ ਸੰਗਤ ਜਾਪ ਕਰਦੀ ਆਉਂਦੀ ਹੈ, ਖਾਸ ਕਰ ਜਦੋਂ ਗੱਡੀ ਪਾਰਕਿੰਗ ਕਰਕੇ ਆਉਂਦੀ ਹੈ ਸੰਗਤ ਹਰਿਮੰਦਰ ਸਾਹਿਬ ਨੂੰ, ਹਮੇਸ਼ਾ ਇਹੀ ਹੁੰਦਾ ਵੀ ਸਾਡੇ ਕੰਨਾਂ ਦੇ ਵਿੱਚ ਗੁਰਬਾਣੀ ਦੀਆਂ ਧੁਨਾਂ ਪੈਣ। ਤਾਂਹੀਓ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਦੋਂ ਇਹ ਡਿਵੈਲਪਮੈਂਟ ਹੋਇਆ, ਵਿਕਾਸ ਹੋਇਆ, ਸਰਦਾਰ ਸੁਖਬੀਰ ਸਿੰਘ ਬਾਦਲ ਜੀਆਂ ਦੀ ਦੂਰ ਹੁੰਦੀ ਸੀ ਸੜਕਾਂ, ਤੁਸੀਂ ਵੇਖਿਆ ਹਰ ਇੱਕ ਪਿੱਲਰ 'ਤੇ ਸਪੀਕਰ ਲੱਗੇ ਹੈ। ਸਪੀਕਰ ਕਿਉਂ ਲਾਏ ਹੈ? ਕਿਉਂਕਿ ਜਦੋਂ ਸੰਗਤ ਉਹ ਸਪੀਕਰਾਂ 'ਤੇ ਦਰਬਾਰ ਸਾਹਿਬ ਦਾ ਕੀਰਤਨ ਚੱਲਦਾ। ਕਹਿਣ ਦਾ ਭਾਵ ਜਦੋਂ ਗੱਡੀ ਪਾਰਕਿੰਗ ਕਰਤੀ ਤਾਂ ਉਸ ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਕੰਨ ਦੇ ਵਿੱਚ ਉਹ ਹਰਿਮੰਦਰ ਸਾਹਿਬ ਦਾ ਕੀਰਤਨ ਦੀਆਂ ਧੁਨਾਂ ਪੈਣ। ਸੋ ਇਸ ਕਰਕੇ ਵੀ ਇੱਥੇ ਜਦੋਂ ਕੀਰਤਨ ਚੱਲਦਾ ਗਾ ਸਾਰਾ ਦਿਨ, ਅਤੇ ਤੁਸੀਂ ਆਪ ਹੀ ਵੇਖਦੇ ਹੋ ਤਾਂ ਸਮੁੱਚੇ ਕੈਮਰਾਮੈਨਾਂ ਨੂੰ ਜਾਂ ਹੋਰ ਵੀ ਵੀਡੀਓਗ੍ਰਾਫੀ ਕਰਨ ਵਾਲਿਆਂ ਨੂੰ ਜਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਇਸ ਦੇ ਵਿੱਚ ਜੋ ਵੀ ਤੁਸੀਂ ਕਰਨਾ ਉਹ 'ਚ ਗੁਰਮਰਿਆਦਾ ਦਾ ਖਿਆਲ ਰੱਖਿਆ ਜਾਵੇ, ਜੋ ਤੁਹਾਡੇ ਕੋਲ ਸੰਗਤ ਲੰਘ ਰਹੀ ਹੈ ਉਹਨਾਂ ਦੇ ਮਨਾਂ 'ਚ ਕਿਤੇ ਇਹ ਨਾ ਮਹਿਸੂਸ ਹੋ ਵੀ ਇਹ ਕੀ ਹੋ ਰਿਹਾ ਜਾਂ ਇਹ ਕੀ ਕਰ ਰਹੇ ਹੋ। ਸਾਡੇ ਸੱਭਿਆਚਾਰ, ਸਾਡੇ ਕਲਚਰ, ਸਾਡੀ ਵਿਰਾਸਤ ਦਾ, ਖਾਸ ਕਰ ਗੁਰਮਰਿਆਦਾ ਦਾ ਧਿਆਨ ਰੱਖਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।